कराची के इलाके फैडरल बी दे एरिए च एक 7 साल बच्चे नूं छुरी फेर के हलाक कर दिता। हलाक करने वाला कौन सीगा? वह बच्चा सीगा जिस दे उत्ते वह मरने वाले बच्चे दे प्यो ने बहुत वड्डा एहसान किया सीगा। ये कहानी शुरू करन तो पहले साडे चैनल नूं सबसक्राइब कर लो, बैल दा आइकन दबा लो ते अपनी बच्चे जिहड़े ना इन्हां नूं थोड़ा समझा के रख्या करो। होया की है पूरी कहानी तुहानूं शेयर कर दें कि ये कतल किस तरह होया और क्यों होया। जिहड़ा बच्चा कतल होया उहदा नाम अबान सीगा, 7 साल उहदी उम्र सीगी ते 3 भैणां भरा सी, उह 2 भैणां 1 भरा दूसरे नंबर ते उह सीगा। ते दुपहर दा टाइम आ, उह बच्चा घरों चीज़ लैण जांदा आ, प्यो उहदा जिहड़ा आ उह एक फैक्ट्री च जॉब करदा आ, उह जॉब ते गिआ, बच्चा चीज़ लैण जांदा ते काफ़ी टाइम तों बाद बच्चा जिहड़ा ना उह नहीं मिल रिहा, घर नहीं वापस आउंदा। जो घर वापस नहीं आता तो वो वालद नूं उहदे चाचा जिहड़ा आ उह फोन करके कहिंदा कि अपना बच्चा नहीं मिल रहा तो तुसीं घर आ जाओ। वह छुट्टी लैंदा घर आ जाता, घर आ के सारे बच्चे लभण लग पैंदे आ। नज़दीकी थाने दे विच वी इतलाह दित्ती जांदी है कि साडा बच्चा नहीं मिल रहा। इस दौरान बच्चे दे चाचे नूं थाने वालों एक कॉल आती है कि जिहड़ा हस्पताल आ उत्थे एक बच्चा आ जिहदी गर्दन कट्टी हुई आ ते उह पहुंचिआ वा, तुसीं छेती पहुंचो। वह पहुंच के वेखदे आ, ਜਦੋਂ ਵੇਖਦੇ ਆ ਕਿ ਉਹ ਬੱਚਾ ਉਹਨਾਂ ਦਾ ਹੀ ਆ, ਉਹ ਵੇਖਣ ਤੋਂ ਬਾਅਦ ਬੱਚੇ ਦੇ ਵਾਲਦਿਆਂ ਨੂੰ ਇਤਲਾਹ ਦਿੰਦੇ ਆ। ਬੱਚੇ ਦੇ ਵਾਲਦਿਆਂ ਵੀ ਉੱਥੇ ਪਹੁੰਚਦੇ, ਲੇਕਿਨ ਉਹ ਬੱਚਾ ਜਿਹੜਾ ਉਹਦਾ ਕਾਫ਼ੀ ਖੂਨ ਵਹਿ ਚੁੱਕਿਆ ਹੁੰਦਾ, ਗਰਦਨ ਦੀ ਜਿਹੜੀ ਰੱਗ ਉਹ ਕੱਟ ਚੁੱਕੀ ਹੁੰਦੀ ਆ, ਅਤੇ ਬੱਚਾ ਜਿਹੜਾ ਉਹ ਮਰ ਜਾਂਦਾ। ਹੁਣ ਵਾਲਦਿਆਂ ਵਾਸਤੇ ਬਹੁਤ ਵੱਡਾ ਸਦਮਾ ਹੁੰਦਾ, ਲੇਕਿਨ ਪੁਲਿਸ ਜਦੋਂ ਇਹਦੇ ਤਫਤੀਸ਼ ਸ਼ੁਰੂ ਕਰਦੀ ਆ ਨਾ, ਅਤੇ ਉਹ ਵਾਲਦਿਆਂ ਨੂੰ ਪੁੱਛਦੀ ਆ ਕਿ ਤੁਹਾਡੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ, ਤੁਹਾਨੂੰ ਕਿਸੇ 'ਤੇ ਸ਼ੱਕ ਹੋਵੇ? ਕਿਉਂਕਿ ਇਸ ਇਲਾਕੇ ਦੇ ਵਿੱਚ ਉਹਦਾ ਅਬਾਨ ਸੀ, ਉਹਦੇ ਵਾਲਦ ਸੀਗੇ, ਉਹ 3 ਮਹੀਨੇ ਪਹਿਲੇ ਹੀ ਸ਼ਿਫਟ ਹੋਏ ਸੀਗੇ। ਅੱਛਾ, ਜਦੋਂ ਤਫਤੀਸ਼ ਕਰਦੇ ਉਹਦੇ ਵਾਲਦਿਆਂ ਕਹਿੰਦੇ ਕਿ ਸਾਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈਗਾ, ਅਤੇ ਪੁਲਿਸ ਜਿਹੜੀ ਉਹ ਆਪਣਾ ਜਿਹੜਾ ਤਫਤੀਸ਼ ਦਾ ਦਾਇਰਾ ਉਹਨੂੰ ਥੋੜ੍ਹਾ ਜਿਹਾ ਵਧਾਉਂਦੀ ਆ, ਅਤੇ ਉਹ ਇਲਾਕੇ ਦੇ ਵਿੱਚ ਜਿਹੜੇ CCTV ਫੁਟੇਜ ਲੱਗੀ ਹੁੰਦੀ ਨਾ, ਕੈਮਰੇ ਲੱਗੇ ਹੁੰਦੇ ਆ, ਉਹਨਾਂ ਦੀ ਚੈਕਿੰਗ ਸ਼ੁਰੂ ਕਰਦੀ ਆ। ਇੱਕ ਕੈਮਰੇ ਦੇ ਵਿੱਚ ਬੱਚੇ ਜਾ ਰਹੇ ਆ 2, ਅਤੇ ਉਹ ਪੁਲਿਸ ਨੂੰ ਸ਼ੱਕ ਪੈਂਦੀ ਆ, ਉਹਦੇ ਵਾਲਦ ਨੂੰ ਸੱਦਦੇ ਆ, ਉਹਨੂੰ ਪੁੱਛਦੇ ਕਿ ਇਹ ਤੁਹਾਡਾ ਬੱਚਾ ਤਾਂ ਨਹੀਂ? ਉਹ ਜਦੋਂ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ, ਉਹ ਕਹਿੰਦਾ ਕਿ ਇਹ ਬੱਚਾ ਸਾਡਾ ਹੀ ਆ। ਲੇਕਿਨ ਉਹਦੇ ਨਾਲ ਜਿਹੜਾ ਬੱਚਾ ਹੁੰਦਾ ਨਾ ਦੂਸਰਾ, ਉਹਨੂੰ ਵੇਖ ਕੇ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ। ਉਹ ਕੌਣ ਸੀਗਾ? ਉਹ ਉਸ ਬੰਦੇ ਦੀ ਭੈਣ ਜਿਹੜੀ ਕਿ ਤਲਾਕ ਯਾਫਤਾ ਸੀਗੀ, ਉਹਨੂੰ ਤਲਾਕ ਹੋ ਗਈ ਸੀਗੀ, ਉਹਦਾ 14 ਸਾਲ ਦਾ ਇੱਕ ਬੱਚਾ ਸੀ ਜਿਹੜਾ ਕਿ ਮਾਂ ਅਤੇ ਬੱਚਾ ਦੋਨੋਂ ਉੱਥੇ ਹੀ ਰਹਿੰਦੇ ਸੀਗੇ, ਮਤਲਬ ਬੱਚਾ ਆਪਣੇ ਮਾਮੇ ਦੇ ਘਰ ਰਹਿੰਦਾ ਸੀਗਾ। ਉਸ ਬੱਚੇ ਨੇ ਅਬਾਨ ਨੂੰ ਕਤਲ ਕੀਤਾ। ਕਤਲ ਦੀ ਤਫਤੀਸ਼ ਕਿਸ ਤਰ੍ਹਾਂ ਹੋਈ? ਜਦੋਂ ਪੁਲਿਸ ਨੇ ਉਹਨੂੰ ਵੇਖਿਆ ਤਾਂ ਪੁਲਿਸ ਨੇ ਉਹਨੂੰ ਹਿਰਾਸਤ 'ਚ ਲਿਆ, ਉਹਦੇ ਕੋਲੋਂ ਪੁੱਛ ਪੜਤੀਤ ਕੀਤੀ, ਅਤੇ ਉਹ ਬੱਚੇ ਨੇ ਇਤਰਾਫ਼ ਕੀਤਾ ਕਿ ਹਾਂਜੀ ਮੈਂ ਹੀ ਇਹਨੂੰ ਮਾਰਿਆ, ਮੈਨੂੰ ਹੁਣ ਇਹਦਾ ਬੜਾ ਦੁੱਖ ਹੋ ਰਿਹਾ ਕਿ ਮੈਂ ਉਹਨੂੰ ਕਿਉਂ ਮਾਰਤਾ। ਲੇਕਿਨ ਜਦੋਂ ਪੁੱਛਿਆ ਗਿਆ ਕਿ ਤੂੰ ਇਹਨੂੰ ਕਤਲ ਕੀਤਾ ਕਿਉਂ ਆ, ਉਸ ਬੱਚੇ ਨੇ ਦੱਸਿਆ ਕਿ ਮੈਂ ਇਹਨਾਂ ਦੇ ਘਰ 'ਚ ਰਹਿੰਦਾ ਸੀਗਾ ਅਤੇ ਮੈਂ ਕੋਈ ਸ਼ਰਾਰਤ ਕਰ ਲੈਂਦਾ ਸੀਗਾ, ਅਤੇ ਇਹ ਅਬਾਨ ਜਿਹੜਾ ਨਾ ਆਪਣੇ ਵਾਲਦ ਨੂੰ, ਆਪਣੇ ਪਿਓ ਨੂੰ ਸ਼ਾਮ ਨੂੰ ਮੇਰੀ ਸ਼ਿਕਾਇਤ ਲਾਉਂਦਾ ਸੀਗਾ, ਅਤੇ ਫਿਰ ਮੇਰਾ ਮਾਮਾ ਜਿਹੜਾ ਨਾ ਉਹ ਮੈਨੂੰ ਬਿਠਾ ਕੇ ਕਦੀ ਨਸੀਹਤਾਂ ਕਰਦਾ ਸੀ, ਕਦੀ ਡਾਂਟਦਾ ਸੀਗਾ ਵੀ ਇਸ ਤਰ੍ਹਾਂ ਨਹੀਂ ਕਰੀਦਾ, ਅਤੇ ਮੈਨੂੰ ਉਹ ਤੋਂ ਗੁੱਸਾ ਚੜ੍ਹਦਾ ਸੀਗਾ। ਇਸੇ ਗੁੱਸੇ ਦੀ ਬਿਨਾਹ ਦੇ ਉੱਤੇ ਮੈਂ ਇੱਕ ਦਿਨ ਦੁਪਹਿਰ ਨੂੰ ਕਿਚਨ 'ਚੋਂ ਛੁਰੀ ਲਈ ਆ, ਛੁਰੀ ਲੈ ਕੇ ਅਤੇ ਇਸ ਨੂੰ ਨਾਲ ਲਿਆ ਕੇ ਆ ਜਾ ਚੀਜ਼ ਲੈਣ ਚੱਲੀਏ, ਅਤੇ ਅੱਗੇ ਇੱਕ ਸਾਈਡ 'ਤੇ ਝਾੜੀਆਂ 'ਚ ਲਿਜਾ ਕੇ ਅਤੇ ਮੈਂ ਇਹਦੀ ਗਰਦਨ ਕੱਟ ਦਿੱਤੀ। ਗਰਦਨ ਕੱਟੀ, ਕੱਟ ਕੇ ਮੈਂ ਵਾਪਸ ਆਇਆ, ਛੁਰੀ ਧੋਤੀ ਆ, ਧੋ ਕੇ ਅਤੇ ਮੈਂ ਕਿਚਨ 'ਚ ਰੱਖ ਦਿੱਤੀ ਦੁਬਾਰਾ, ਅਤੇ ਮੈਂ ਇਹਨਾਂ ਨੂੰ ਕਹਿਣ ਲੱਗ ਪਿਆ ਕਿ ਉਹ ਲੱਭਦਾ ਨਹੀਂ ਪਿਆ, ਪਤਾ ਨਹੀਂ ਕਿੱਧਰ ਚਲਾ ਗਿਆ। ਲੇਕਿਨ ਹੁਣ ਮੈਨੂੰ ਬੜਾ ਦੁੱਖ ਹੋ ਰਿਹਾ ਕਿ ਮੈਂ ਇਹ ਕਿਉਂ ਕੀਤਾ। ਅੱਜ ਦੀ ਸਟੋਰੀ ਤੁਹਾਨੂੰ ਸੁਣਾਉਣ ਦਾ ਮਕਸਦ ਇਹ ਆ ਕਿ ਯਾਰ ਦੇਖੋ, ਬੰਦਾ ਕਿਹਦੇ 'ਤੇ ਯਕੀਨ ਕਰੇ? ਇੱਕ ਮਾਮਾ ਭਾਣਜਾ, ਅਤੇ ਉਹ ਮਾਮੇ ਦਾ ਪੁੱਤਰ ਜਿਹਨੂੰ ਉਹਨੇ ਮਾਰ ਦਿੱਤਾ, 7 ਸਾਲ ਦਾ ਬੱਚਾ, ਉਹਦੀ ਕੀ ਗੁਨਾਹ ਸੀਗਾ ਜਿਹਨੂੰ ਇੱਕ 16 ਸਾਲ ਦੇ ਬੱਚੇ ਨੇ ਜਿਹੜਾ ਕਿ ਇੱਕ ਮਾਮੇ ਦੀ ਪਨਾਹਗਾਹ ਦੇ ਵਿੱਚ ਰਹਿ ਰਿਹਾ, ਉਹਨੇ ਉਹਨੂੰ ਰਿਹਾਇਸ਼ ਦਿੱਤੀ ਆ, ਰੋਟੀ ਪਾਣੀ ਦੇ ਰਿਹਾ, ਸਾਰਾ ਕੁਝ ਦੇ ਰਿਹਾ, ਅਤੇ ਉਹਨੇ ਫਿਰ ਵੀ ਕੋਈ ਲਿਹਾਜ਼ ਨਹੀਂ ਰੱਖਿਆ, ਕੋਈ ਸ਼ਰਮ ਨਹੀਂ ਕੀਤੀ, ਅਤੇ ਉਹਨੂੰ ਛੁਰੀ ਦੇ ਨਾਲ ਜ਼ਿਬਾ ਕਰਤਾ। ਆਪਣੇ ਬੱਚਿਆਂ ਦਾ ਖਿਆਲ ਰੱਖੋ, ਅਤੇ ਕਦੀ ਵੀ ਇਸ ਤਰ੍ਹਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਸਾਹਮਣੇ ਨਾ ਡਾਂਟਿਆ ਕਰੋ। ਡਾਂਟਣ ਦਾ ਇੱਕ ਤਰੀਕਾਕਾਰ ਅਪਣਾਓ, ਬੱਚਿਆਂ ਦੀ ਕਮਿਊਨੀਕੇਸ਼ਨ ਜਿਹੜੀ ਆਪਣੇ ਨਾਲ ਬਿਹਤਰ ਕਰੋ, ਤਾਂ ਕਿ ਬੱਚੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਾ ਹੋਣ। ਇਹ ਵਾਕਿਆ ਸਾਡੇ ਵਾਸਤੇ ਬਹੁਤ ਵੱਡਾ ਇੱਕ ਸਬਕ ਆ ਕਿ ਸਾਨੂੰ ਆਪਣੇ ਬੱਚਿਆਂ ਦਾ ਧਿਆਨ ਆਪ ਹੀ ਰੱਖਣਾ ਚਾਹੀਦਾ, ਕਿਉਂਕਿ ਇੱਥੇ ਜਿਹੜਾ ਸੀਗਾ ਅਬਾਨ ਦੇ ਜਿਹੜਾ ਵਾਲਦ ਸੀ ਉਹ ਵੀ ਜੋਬ ਕਰਦਾ ਸੀ, ਉਹਦੀ ਵਾਲਦਾ ਸੀ ਉਹ ਵੀ ਜੋਬ ਕਰਦੀ ਸੀ। ਬੱਚਾ ਜਿਹੜਾ ਮਗਰੋਂ ਉਸ ਸੁਫਿਆਨ ਨਾਮੀ ਬੱਚੇ ਦੇ ਕੋਲ ਹੁੰਦਾ ਜਿਹੜਾ ਕਿ ਉਹਨਾਂ ਦਾ ਭਾਣਜਾ ਸੀਗਾ,
ਤੇ ਉਹ ਸਾਰੀ ਦਿਹਾੜੀ ਉਹਨੂੰ ਸਾਂਭਦਾ ਸੀਗਾ। ਸਾਂਭਣ ਤੋਂ ਬਾਅਦ ਜੇ ਸ਼ਾਮ ਨੂੰ ਉਹਨਾਂ ਦਾ ਬੱਚਾ ਸ਼ਿਕਾਇਤ ਲਾਉਂਦਾ ਸੀਗਾ ਤੇ ਉਹਨੂੰ ਉਹ ਡਾਂਟਦੇ ਸੀਗੇ ਸਾਰਿਆਂ ਦੇ ਸਾਹਮਣੇ, ਉਹ ਬੱਚਾ ਗੁੱਸਾ ਕਰਦਾ ਸੀਗਾ ਤੇ ਉਹਨੇ ਇਸੇ ਗੁੱਸੇ ਦੇ ਵਿੱਚ ਅਬਾਨ ਦੀ ਜਿਹੜੀ ਜਾਨ ਹੈ ਨਾ ਉਹ ਖਤਮ ਕਰ ਦਿੱਤੀ, ਮਾਂ ਵਾਸਤੇ ਇੱਕ ਗਹਿਰਾ ਸਦਮਾ ਛੱਡ ਦਿੱਤਾ ਤੇ ਆਪਣੇ ਆਪ ਵਾਸਤੇ ਵੀ ਇੱਕ ਪਰੇਸ਼ਾਨੀ ਬਣਾ ਲਈ। ਲਿਹਾਜ਼ਾ ਬੱਚਿਆਂ ਨੂੰ ਆਪਸ 'ਚ ਰਹਿਣ ਦੀ ਤਰਗੀਬ ਦਿਓ, ਇੱਕ ਦੂਜੇ ਤੋਂ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਤਰਗੀਬ ਦਿਓ ਤੇ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਕਰੋ, ਗੁੱਸਾ ਨਾ ਕਰਿਆ ਕਰੋ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਦੁਆਵਾਂ ਯਾਦ ਰੱਖਿਓ, ਅੱਲਾਹ।